ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਅਤੇ ਭਾਰਤ ਵਿੱਚ ਰਹਿੰਦੇ ਪੰਜਾਬੀ ਵੀਰੋ, ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਹੱਕਾਂ ਨੂੰ ਭਾਰਤ ਵਿੱਚ ਮਾਰਿਆ ਜਾ ਰਿਹਾ। ਹਮੇਸ਼ਾ ਪੰਜਾਬੀਆਂ ਦੇ ਨਾਲ ਇਸ ਭਾਰਤ ਦੇਸ਼ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ। ਹੁਣ ਸਾਡੇ ਪਾਣੀਆਂ ਨੂੰ ਖੋਹਣ ਦੀ ਜਿਹੜੀ ਕੋਸ਼ਿਸ਼ ਹੈ ਉਹ ਚੱਲ ਰਹੀ ਆ। ਇਹ ਆਪ ਜੀ ਨੂੰ ਪਤਾ ਹੀ ਹੈ ਕਿ ਕਿੰਨਾ ਸਿੰਘ ਸੰਘਰਸ਼ ਦੇ ਵਿੱਚ ਜਿਹੜੇ ਯੋਧਿਆਂ ਨੇ ਯੋਗਦਾਨ ਪਾਇਆ, ਉਹਨਾਂ ਸ਼ਹੀਦੀਆਂ ਪਾਈਆਂ ਅਤੇ ਉਹਨਾਂ ਨੇ ਇਸ ਵਾਇਰਸ ਲਹਿਰ ਨੂੰ ਰੋਕਿਆ। ਇਸੇ ਤਰ੍ਹਾਂ ਹੀ ਪਾਣੀਆਂ ਦੀ ਆਵਾਜ਼ ਨੂੰ ਵਿਦੇਸ਼ਾਂ ਵਿੱਚ ਜ਼ਬਰਦਸਤ ਤਰੀਕੇ ਨਾਲ ਚੁੱਕਣ ਵਾਲੇ ਸਿੱਖ ਫਾਰ ਜਸਟਿਸ ਦੀ ਟੀਮ ਲਗਾਤਾਰ ਇਸ 'ਤੇ ਵਰਕ ਕਰ ਰਹੀ ਆ ਅਤੇ ਲੋਕਾਂ ਨੂੰ ਜਾਗਰਤ ਕਰ ਰਹੀ ਆ। ਪਰ ਉੱਥੇ ਹੀ ਸਾਡੇ ਪੰਜਾਬੀ ਵੀਰਾਂ ਦਾ ਫਰਜ਼ ਬਣਦਾ, ਭਾਵੇਂ ਉਹ ਹਿੰਦੂ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਕਿ ਉਹ ਸਾਰੇ ਇਕੱਠੇ ਹੋ ਕੇ ਇੱਕਮੁੱਠ ਹੋ ਕੇ ਪੰਜਾਬ ਦੇ ਜਿਹੜੇ ਪਾਣੀ ਲੁੱਟਿਆ ਜਾ ਰਿਹਾ ਉਹਨੂੰ ਰੋਕਿਆ ਜਾਵੇ। 23 ਤਰੀਕ ਨੂੰ ਹਰਿਆਣੇ ਦੀ ਇੱਕ ਜਿਹੜੀ ਰਾਜਨੀਤਿਕ ਜਥੇਬੰਦੀ ਆ ਉਹਨਾਂ ਨੇ ਐਲਾਨ ਕੀਤਾ ਹੈ, ਚੁਟਾਲਾ ਐਂਡ ਪਾਰਟੀ ਨੇ, ਕਿ ਅਸੀਂ ਨਹਿਰ ਨੂੰ ਪੁੱਟਾਂਗੇ ਅਤੇ ਕਿਸੇ ਦੀ ਹਿੰਮਤ ਨਹੀਂ ਸਾਨੂੰ ਰੋਕ ਸਕੇ। ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਪਹਿਲੋਂ ਨਹਿਰ ਨੂੰ ਪੁੱਟਣ ਲੱਗੇ ਸੀ ਉਹ ਸਿੰਘਾਂ ਨੇ ਇਹੋ ਜਿਹਾ ਸੁਆਇਆ ਉਹਨਾਂ ਨੂੰ, ਉਹ ਦੁਬਾਰੇ ਉੱਠ ਨਹੀਂ ਸਕੇ। ਉਹਦਾ ਇਤਿਹਾਸ ਜਿਹੜਾ ਇਹਨਾਂ ਨੂੰ ਪੜ੍ਹ ਲੈਣਾ ਚਾਹੀਦਾ। ਅਤੇ ਆਓ ਨੌਜਵਾਨ ਵੀਰੋ, ਪੰਜਾਬ ਵਾਸੀਓ, ਆਪਾਂ 23 ਤਰੀਕ ਨੂੰ ਰਲ ਮਿਲ ਕੇ ਦੇਵੀਗੜ੍ਹ ਵਿਖੇ ਇਕੱਠੇ ਹੋਣਾ। ਉੱਥੇ ਸਾਰੀਆਂ ਜਥੇਬੰਦੀਆਂ, ਇਹ ਕੋਈ ਕਿਸੇ ਇੱਕ ਜਥੇਬੰਦੀ ਦਾ ਪ੍ਰੋਗਰਾਮ ਨਹੀਂ, ਜਾਂ ਕਿਸੇ ਇੱਕ ਜਥੇਬੰਦੀ ਨੇ ਕੋਈ ਇਹ ਪ੍ਰੋਗਰਾਮ ਨਹੀਂ ਦਿੱਤਾ। ਇਹ ਸਾਰੀਆਂ ਹੀ ਜਿਹੜੀ ਪੰਜਾਬ ਦੀਆਂ ਧਾਰਮਿਕ ਰਾਜਨੀਤਿਕ ਪਾਰਟੀਆਂ ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਇਸ ਮਸਲੇ 'ਤੇ ਇਕੱਠੇ ਹੋਣਾ। ਅਤੇ ਇਸੇ ਤਰ੍ਹਾਂ ਹੀ ਜਥਾ ਸ੍ਰੀ ਅਕਾਲ ਤਖਤ ਸਾਹਿਬ, ਉਹ ਵੀ ਪੂਰੇ ਯੋਗਦਾਨ ਇਸ ਮਿਸ਼ਨ ਵਿੱਚ ਪਾ ਰਿਹਾ। ਅਤੇ ਮੈਂ ਬੇਨਤੀ ਕਰਦਾ ਸਾਰੇ ਜਿਹੜੇ ਪੰਜਾਬ ਵਾਸੀ ਵੀਰ ਨੇ ਉਹ 23 ਤਰੀਕ ਨੂੰ ਵੱਧ ਤੋਂ ਵੱਧ ਆਪਣੇ ਵੱਡਿਆਂ ਕਾਫਲਿਆਂ ਦੇ ਰੂਪ ਵਿੱਚ ਦੇਵੀਗੜ੍ਹ ਆਉਣ, ਜੋ ਪਟਿਆਲੇ ਤੋਂ 15 ਕਿਲੋਮੀਟਰ ਅੱਗੇ ਹੈ। ਉਸ ਤੋਂ ਆਪਾਂ ਫਿਰ ਕਪੂਰੀ ਮੋਰਚੇ 'ਤੇ ਜਾਵਾਂਗੇ, ਜਿੱਥੇ ਇਹਨਾਂ ਨੇ ਹਰਿਆਣੇ ਵਾਲਿਆਂ ਨੇ ਨਹਿਰ ਨੂੰ ਪੱਟਣ ਆਉਣਾ ਅਤੇ ਆਪਾਂ ਨਹਿਰ ਨੂੰ ਪੂਰਨ ਜਾਣਾ। ਆਓ ਨੌਜਵਾਨੋ, ਅਣਖੀ ਵੀਰੋ, ਆਪਾਂ ਇਕੱਠੇ ਹੋ ਕੇ ਉਸ ਨਹਿਰ ਨੂੰ ਬੰਦ ਕਰੀਏ, ਜਿਹੜੇ ਜਿਸ ਨਹਿਰ ਦੇ ਮਸਲੇ ਨੇ ਸਾਡੇ ਬੜੇ ਸਿੰਘਾਂ ਦੀ ਜਾਨ ਲਈ ਆ, ਸਾਡੇ ਪੰਜਾਬ ਨੂੰ ਬਰਬਾਦ ਕਰਨ ਦੀ, ਬੰਜਰ ਕਰਨ ਦੀ ਜਿਹੜੀ ਨੀਤੀ ਆ ਇਸ ਭਾਰਤ ਸਰਕਾਰ ਦੀ, ਉਹਨੂੰ ਆਪਾਂ ਪੂਰਾ ਨਾ ਹੋਣ ਦਈਏ ਅਤੇ ਨਹਿਰ ਨੂੰ ਪੂਰੀਏ। ਆਓ ਨੌਜਵਾਨ ਇਕੱਠੇ ਹੋਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।